ਸਤਿ ਜੀ ਰਿਕਾਲ ਦੀ ਸਾਰੇ ਕਿਸਾਨ ਵੀਰਾਂ ਨੂੰ ਤੇ YouTube ਫਾਰਮਰ ਚੈਨਲ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ ਆਪਾਂ ਗੱਲ ਕਰਦੇ ਆਂ ਬਾਸਮਤੀਆਂ ਦੇ ਰੇਟ ਦੇ ਬਾਰੇ ਕਿ 11 21 17 18 1509 1401 ਇਹਨਾਂ ਕਿਸਮਾਂ ਦੀ ਕੀ ਰੇਟ ਚੱਲ ਰਹੇ ਨੇ 15 ਦਸੰਬਰ ਤੋਂ ਬਾਅਦ ਪੰਜਾਬ ਬੱਕ ਬੱਕ ਮੰਡੀਆਂ ਤੇ ਪੰਜਾਬ ਤੋਂ ਬਿਨਾਂ ਵੀ ਕੁਝ ਬਾਹਰ ਦੀਆਂ ਕੁਝ ਇੱਕ ਦੋ ਮੰਡੀਆਂ ਦੀ ਗੱਲ ਕਰਾਂਗੇ ਸੋ ਪਹਿਲਾਂ ਹੁਣ ਆਪਾਂ 1401 ਦੀ ਜੇ ਗੱਲ ਕਰੀ ਤਾਂ 1401 ਜਿਹੜੀ ਉਹ ਲਗਭਗ 4000 ਤੋਂ ਪਾਰ 4200 ਤੋਂ ਲੈ ਕੇ 4400 75 ਰੁਪਏ ਪ੍ਰਤੀ ਕੁਆਂਟਲ ਤੱਕ ਜਿਹੜਾ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੀਆਂ ਹਰਿਆਣੇ ਦੀਆਂ ਮੰਡੀਆਂ ਦੇ ਵਿੱਚ ਵਿਕ ਰਹੀ ਹੈ 1401 ਦੇ ਰੇਟ ਨੇ ਜਿਹੜੇ ਕਾਫੀ ਜ਼ਿਆਦਾ ਚੰਗੇ ਬਣੇ ਹੋਏ ਨੇ ਤੇ ਉਸ ਤੋਂ ਬਿਨਾ 17 18 ਦੀ ਗੱਲ ਕਰੀ ਤਾਂ 17 18 ਵੀ ਲਗਭਗ ਇਸ ਵੇਲੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਰੇਟ ਹੈ 3800 ਤੋਂ ਲੈ ਕੇ 4000 ਰੁਪਏ ਪ੍ਰਤੀ ਕੁਆਂਟਲ ਤੱਕ ਵਿਕ ਰਹੀ ਹੈ 11 21 ਦੇ ਰੇਟ ਲਗਭਗ 3900 ਘਟੋ ਜਿਹੜੀ ਲੋ ਕੁਆਲਿਟੀ ਹੈ ਤੇ ਉਸ ਤੋਂ ਲੈ ਕੇ 4300 ਜਾਂ 4350 ਰੁਪਏ ਤੱਕ ਵੀ ਪੰਜਾਬ ਦੀਆਂ ਕੁਝ ਮੰਡੀਆਂ ਜਿਵੇਂ ਖੰਨਾ ਦੇ ਵਿੱਚ 4325 ਰੁਪਏ ਲੱਗੀ ਹੈ ਤੇ ਇਸੇ ਤਰ੍ਹਾਂ ਕੁਝ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਵੀ ਰਿਪੋਰਟ ਆ ਰਹੀ ਹੈ ਕਿ 4320 ਰੁਪਏ ਪ੍ਰਤੀ ਕੁਆਂਟਲ ਦਾ ਰੇਟ ਲੱਗਿਆ ਹੈ 11-21 ਦਾ ਤੇ 1509 ਦੀ ਗੱਲ ਕਰੀ ਤਾਂ 1509 ਵੀ ਕੁਝ ਥੋੜੇ ਬਹੁਤ ਮੰਡੀਆਂ ਦੇ ਵਿੱਚ ਥੋੜੀ ਬਹੁਤ ਜਿਹੜੀ ਆਵਕਲ ਦੀ ਆ ਰਹੀ ਹੈ ਤੇ ਉਹਦਾ ਜਿਹੜਾ ਰੇਟ ਹੈ ਲਗਭਗ 3800 ਤੋਂ ਲੈ ਕੇ 3900 ਰੁਪਏ ਪ੍ਰਤੀ ਕੁਆਂਟਲ ਤੱਕ ਲੱਗ ਰਿਹਾ ਹੈ ਇਹ ਸੰਗਰੂਰ ਮੰਡੀ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਉੱਥੇ ਲਗਭਗ 1400 ਇੱਕ ਦਾ ਰੇਟ ਹੈ ਜਿਹੜਾ 4265 ਰੁਪਏ ਤੱਕ ਜ਼ਿਆਦਾ ਤੋਂ ਜ਼ਿਆਦਾ ਲੱਗਿਆ ਹੈ 17 18 ਕਿਸਮਾਂ ਦੀ 4125 ਰੁਪਏ ਤੱਕ ਵੀ ਗਈ ਹੈ ਜ਼ਿਆਦਾ ਤੋਂ ਜ਼ਿਆਦਾ 1500 ਨੰਨ ਦਾ ਰੇਟ 3910 ਰੁਪਏ ਤੱਕ ਲੱਗਿਆ ਹੈ ਅਤੇ 11 21 ਜਿਹੜੀ ਕਿਸਮ ਹੈ ਉਹਦਾ ਰੇਟ ਲਗਭਗ 4300 ਰੁਪਏ ਤੱਕ ਜ਼ਿਆਦਾ ਤੋਂ ਜ਼ਿਆਦਾ ਚੰਗੀ ਕੁਆਲਿਟੀ ਦਾ ਲੱਗਿਆ ਹੈ ਤੇ ਉੱਥੇ ਜੇ ਨਰਮੇ ਦੀ ਗੱਲ ਕਰੀਏ ਤਾਂ ਨਰਮੇ ਦਾ ਰੇਟ ਹੈ ਜਿਹੜਾ ਪੰਜਾਬ ਵਿੱਚ ਲਗਭਗ 8400 ਦੇ ਆਸ-ਪਾਸ ਇਸ ਵੇਲੇ ਜ਼ਿਆਦਾਤਰ ਮੰਡੀਆਂ ਦੇ ਵਿੱਚ ਬਣਿਆ ਹੋਇਆ ਹੈ ਤੁਸੀਂ ਇਸ ਤਰ੍ਹਾਂ ਹੁਣ ਆਪਾਂ ਸੰਖੇਪ ਦੇ ਵਿੱਚ ਇਹ ਕਹਿ ਸਕਦੇ ਹਾਂ ਵੀ ਜਿਹੜੀ 1400 ਇੱਕ ਕਿਸਮ ਆ ਉਹ 4200 4300 ਕੁਝ ਮੰਡੀਆਂ ਵਿੱਚ 4100 ਇੱਥੇ ਘੁੰਮ ਰਹੀ ਹੈ ਜਿਹੜੇ 17 18 ਰੇਟ ਆ ਜਿਹੜਾ ਉਹ ਲਗਭਗ 4000 ਤੋਂ ਲੈ ਕੇ 4200 ਤੱਕ ਚੰਗੀ ਕੁਆਲਿਟੀ ਤੇ ਇਹ 11 21 ਕਿਸਮ ਹੈ ਜਿਹੜੀ 4300 ਤੋਂ ਲੈ ਕੇ 4350 ਤੱਕ ਵੀ ਟੋਪ ਰੇਟ ਲੱਗਿਆ ਹੈ ਤੇ ਉਥੇ ਹੀ 1509 ਵੀ ਲਗਭਗ 38-3900 ਦੇ ਆਸ-पास ਘੁੰਮ ਰਹੀ ਹੈ ਤੇ ਜੇਕਰ ਆਉਣ ਵਾਲੇ ਦਿਨਾਂ ਦੀ ਗੱਲ ਕਰੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਹਾਲ ਜਿਹੜੇ ਰੇਟ ਨੇ ਉਹ ਇਸੇ ਤਰ੍ਹਾਂ ਲਗਭਗ ਇਸੇ ਤਰ੍ਹਾਂ ਸਥਿਰ ਬਣੇ ਰਹਿਣਗੇ ਇਸੇ ਲਗਭਗ ਕੋਈ 20-500 ਦੀ ਕੋਈ ਮੰਦੀ ਆ ਗਈ ਜਾਂ ਥੋੜਾ ਬਹੁਤ ਤੇਜ਼ੀ ਆ ਗਈ ਸੋ ਇੱਥੇ ਰੇਟ ਇਹ ਘੁੰਮਦੇ ਰਹਿਣਗੇ ਕੋਈ ਬਹੁਤ ਵੱਡੀ ਤੇਜ਼ੀ ਆਉਣ ਦਾ ਅਸਰ ਜਿਹੜੇ ਫਿਲਹਾਲ ਹਲੇ ਕੋਈ ਆਉਣ ਵਾਲੇ ਦਿਨਾਂ ਵਿੱਚ ਨਜ਼ਰ ਨਹੀਂ ਆਨ ਰੇਟ ਇਸੇ ਤਰ੍ਹਾਂ ਫਿਲਹਾਲ ਚੰਗੇ ਬਣੇ ਹੋਏ ਨੇ ਜਿਹੜੇ ਕਿਸਾਨਾਂ ਨੇ ਆਪਣੇ ਬਾਸਮਤੀਆਂ ਵੇਚਣੀਆਂ ਨੇ ਤਾਂ ਉਹ ਇਹਨਾਂ ਦਿਨਾਂ ਵਿੱਚ ਮੰਡੀ ਵਿੱਚ ਵੇਚ ਸਕਦੇ ਨੇ